ਵੀ ਫਲਾਣਾ ਬੰਦਾ ਯਾਰ ਤੇਰੀ ਸ਼ਿਕਾਇਤ ਕਰ ਰਿਹਾ ਸੀ, ਉਹਨੂੰ ਚੁੱਪ ਕਰਾ ਲਾ, ਨਹੀਂ ਤਾਂ ਸਾਡੇ ਲਈ ਔਖਾ ਹੋ ਜਾਣਾ। ਔਖਾ ਤੁਸੀਂ ਵੇਖ ਲਓ, ਇਹਨਾਂ ਦੇ ਜੇਬਾਂ ਭਰੀ ਜਾਓ ਅਤੇ ਕੋਈ ਔਖਾ ਨਹੀਂ ਹੈ। ਹਰੇ ਪਰਦੇ ਦਾ ਖੇਡ ਚੱਲ ਰਿਹਾ ਸਾਰੇ ਸ਼ਹਿਰ 'ਚ। ਕਹਿੰਦੇ ਮੈਂ ਸ਼ਿਕਾਇਤ ਕਰਦਾ ਸਾਡੀ ਸੁਣਦਾ ਕੋਈ ਨਹੀਂ, ਮਤਲਬ ਇੱਕ MLA ਕਹਿ ਰਿਹਾ ਸਾਡੀ ਕੋਈ ਨਹੀਂ ਸੁਣ ਕੇ ਰਾਜੀ। ਇੱਕ MLA ਦੀ ਸੁਣਦੀ ਅਤੇ ਆਮ ਜਨਤਾ ਦਾ ਕੀ? ਫਿਰ ਨਤੀਜਾ ਕੀ ਨਿਕਲਿਆ? ਵੀ ਤੁਸੀਂ ਕਿੰਨੀ ਐਨਰਜੀ ਵੇਸਟ ਹੋਈ, ਕਿੰਨੀ ਫੋਰਸ ਵੇਸਟ ਹੋਈ ਉੱਦਾਂ, ਜਿੱਦਾਂ 9 ਘੰਟੇ ਲੱਗੇ, ਪੈਸੇ ਨਹੀਂ ਲੱਗਦੇ ਤੁਸੀਂ ਲਗਾਵਾਂ ਲੈਂਦੇ ਜੇ ਸਰਕਾਰ ਦੇ ਪੈਸੇ ਲੱਗਦੇ, ਪੈਸੇ ਲੱਗਦੇ ਜੀ। ਜੇ ਤੁਸੀਂ ਕੋਈ ਡਿਜੀਟਲ ਹੋ ਜਾਂਦੀ ਤਾਂ ਪੈਸੇ ਨਹੀਂ ਲੱਗਦਾ। ਵੀ ਇਹ ਡਿਪਾਰਟਮੈਂਟ ਅੱਗੇ ਉਹਨਾਂ ਦਾ ਬੱਸ ਨਹੀਂ ਚੱਲ ਰਿਹਾ, ਪਤਾ ਨਹੀਂ ਕਿਹੜੇ ਉਹ ਦਲੇਰੀ ਕਰਕੇ ਇੱਕ ਹੋਟਲ ਦੇ 25 ਦਾ ਦਰਜਾ ਕਹਿ ਚੁੱਕੇ ਆ, ਅਤੇ ਉਹ ਵੀ ਹੁੰਦਾ ਕਿ ਨਹੀਂ ਹੁੰਦਾ ਜੀ, ਅਜੇ ਵੇਖਣ ਦਾ ਕੰਮ ਆ। ਤਨਖਾਹਾਂ, ਮੋਟੀਆਂ ਤਨਖਾਹਾਂ, ਲੱਖ ਲੱਖ, 2-2 ਲੱਖ ਰੁਪਈਆ ਇਹਨਾਂ ਦੀਆਂ ਤਨਖਾਹਾਂ, ਜਾਇਦਾਦਾਂ ਦਾ ਵੇਖ ਲਓ, ਹਰ ਇਲੀਗਲ ਕਲੋਨੀ ਦੇ ਵਿੱਚ ਇਹਨਾਂ ਦੇ ਪਲੋਟ ਨੇ, ਅਤੇ ਨਿਆਣੇ ਇਹਨਾਂ ਦੇ ਵਿਦੇਸ਼ਾਂ 'ਚ ਪੜ੍ਹਦੇ ਨੇ, ਲੱਖਾਂ ਲੱਖਾਂ, ਜਿੱਥੇ ਫੀਸ ਲੱਖਾਂ ਡਾਲਰਾਂ 'ਚ ਜਾਂਦੀ ਹੈ। ਅਤੇ ਫਿਰ ਇਹ ਆਪਣੀ ਜ਼ਿੰਮੇਵਾਰੀ ਠੀਕ ਢੰਗ ਨਾਲ ਕਿਉਂ ਨਹੀਂ ਨਿਭਾਉਂਦੇ, ਇਹ ਬਹੁਤ ਵੱਡਾ ਸਵਾਲ ਹੈ। ਸਤਿ ਸ਼੍ਰੀ ਅਕਾਲ, ਨਮਸਕਾਰ, ਮੈਂ ਹਾਂ ਦੀਪਕ ਭੰਡਾਰੀ, ਤੁਸੀਂ ਦੇਖ ਰਹੇ ਹੋ D4 ਨਿਊਜ਼, ਸਾਡੇ ਵਿਸ਼ੇਸ਼ ਪ੍ਰੋਗਰਾਮ ਖਰੀਆਂ ਖਰੀਆਂ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਦੂਸਰਾ ਐਪੀਸੋਡ 1 ਕਰ ਰਹੇ ਹਾਂ। ਸਭ ਤੋਂ ਪਹਿਲੇ ਮੈਂ ਵੀਡੀਓ ਐਡੀਟਰ ਨੂੰ ਬੇਨਤੀ ਕਰਾਂਗਾ ਕਿ ਤੁਹਾਨੂੰ ਇਹ ਵੀਡੀਓ ਦਿਖਾਈ ਜਾਏ, ਤੁਸੀਂ ਵੀਡੀਓ ਦੇਖੋ। ਵੀਡੀਓ ਤੁਸੀਂ ਦੇਖ ਲਈ ਹੈ ਅਤੇ ਮੈਂ ਇਹ ਕਹਾਂਗਾ ਕਿ ਹਰੇ ਪਰਦੇ ਦਾ ਖੇਲ, ਵਿਧਾਇਕ ਪਾਸ ਅਤੇ ਨਿਗਮ ਫੇਲ। ਆਮ ਆਦਮੀ ਪਾਰਟੀ ਦੀ ਸਰਕਾਰ ਵਾਅਦਾ ਕਰਕੇ ਆਈ ਸੀ ਕਿ ਬਦਲਾਵ ਦੇ ਨਾਂ 'ਤੇ ਭ੍ਰਿਸ਼ਟਾਚਾਰ ਅਸੀਂ ਦੂਰ ਕਰਾਂਗੇ, ਪਰ ਬਦਲਾਵ ਤੁਸੀਂ ਦੇਖ ਲਓ। ਆਮ ਆਦਮੀ ਪਾਰਟੀ ਦਾ ਹੀ ਇੱਕ ਵਿਧਾਇਕ, ਪਹਿਲੇ ਬਿਲਡਿੰਗ ਦੀ ਤੁਹਾਨੂੰ ਮੈਂ ਥੋੜ੍ਹਾ ਜਿਹਾ ਪਿਛੋਕੜ ਦੱਸਦਿਆਂ, ਇਹ ਬੰਨੀ ਜਦੋਂ ਸ਼ੁਰੂ ਹੋਈ ਸੀ ਕਾਂਗਰਸ ਦੇ ਵੇਲੇ, ਅਤੇ ਕਾਂਗਰਸ ਸਰਕਾਰ ਦੇ ਵਿੱਚ ਇੱਕ ਵਿਧਾਇਕ ਸੀਗਾ, ਉਹ ਇਸ ਬਿਲਡਿੰਗ ਨੂੰ ਸ਼ੈਲਟਰ ਦਿੰਦਾ ਸੀ, ਉਹਨੇ ਬਿਲਡਿੰਗ ਬਣਵਾ ਦਿੱਤੀ ਜਦਕਿ ਬਿਲਡਿੰਗ ਬਣ ਨਹੀਂ ਸਕਦੀ ਸੀ। 21 ਸਤੰਬਰ 2023 ਨੂੰ ਇੱਕ ਹਿੰਦੀ ਅਖਬਾਰ ਦੈਨਿਕ ਭਾਸਕਰ ਦੇ ਵਿੱਚ ਖਬਰ ਛਪਦੀ ਹੈ। ਸਕਰੀਨ 'ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਖਬਰ ਦੇ ਵਿੱਚ ਕਿਸ ਤਰ੍ਹਾਂ ਇਹ ਲਿਖਿਆ ਸਾਫ, 3 ਵਾਰਾਂ ਸੀਲਿੰਗ ਦੇ ਬਾਵਜੂਦ ਬਣ ਰਹੀ ਵਿਧਾਇਕ ਦੀ ਸਿਫਾਰਸ਼ੀ, ਬਿਲਡਿੰਗ 9 ਘੰਟੇ ਡਰਿੱਲ ਡਿੱਚ ਲਾ ਕੇ ਤੋੜੀ, ਮਤਲਬ 9 ਘੰਟੇ ਲਾ ਕੇ ਨਗਰ ਨਿਗਮ ਦੇ ਅਫਸਰਾਂ ਦੇ ਆਰਡਰ 'ਤੇ ਇਸ ਨੂੰ ਤੋੜਿਆ ਗਿਆ। ਪਰ ਇਹ ਵੀਡੀਓ ਤੁਹਾਨੂੰ ਅਸੀਂ ਅੱਜ ਤਾਜ਼ੀ ਦਿਖਾ ਰਹੇ ਹਾਂ, ਜਿਹੜੀ ਤੁਸੀਂ ਵੀਡੀਓ ਦੇਖੀ ਹੈ ਕਿ ਕਿਸ ਤਰ੍ਹਾਂ ਇਹ ਬਿਲਡਿੰਗ ਬਣ ਚੁੱਕੀ ਹੈ। ਅਤੇ ਬਿਲਡਿੰਗ ਇਹ ਬਣ ਨਹੀਂ ਸਕਦੀ ਕਿਉਂਕਿ ਇੰਪਰੂਵਮੈਂਟ ਟਰੱਸਟ ਸਕੀਮ 62 ਨਵੰਬਰ ਜਿਹੜੀ ਹੈ, 62 ਨੰਬਰ ਇੰਪਰੂਵਮੈਂਟ ਟਰੱਸਟ ਡਿਵੈਲਪਮੈਂਟ ਸਕੀਮ ਨੰਬਰ 62 ਦੀ ਇਹ ਜਿਹੜਾ ਏਰੀਆ ਲਾਰੈਂਸ ਰੋਡ, ਅਤੇ ਦੂਸਰੇ ਪਾਸਿਓਂ ਜਿਹੜਾ ਰਸਤਾ ਜਾਂਦਾ ਇਹਦਾ, ਇਹ ਹੰਬਲ ਉਹਨਾਂ ਹੋਟਲ ਵਾਲੇ ਪਾਸੇ ਜਿੱਥੇ ਢਿੱਲੋਂ ਸਕੈਨ ਹੈ, ਉੱਥੇ ਕਾਰਨਰ 'ਤੇ ਇਹ ਪਲੋਟ ਬਣ ਰਿਹਾ। ਇਹਦੇ ਜੋ ਸਾਨੂੰ ਐਕਸਪਰਟਸ ਨਾਲ ਅਸੀਂ ਗੱਲ ਕੀਤੀ ਹੈ, ਪਤਾ ਲੱਗਿਆ ਕਿ ਇਹਦੀ 25 ਫੁੱਟ ਹਾਊਸ ਲਾਈਨ ਲਾਰੈਂਸ ਰੋਡ ਵਾਲੇ ਪਾਸੇ ਛੱਡਣੀ ਹੈ, ਅਤੇ 25 ਫੁੱਟ ਹੀ ਹਾਊਸ ਲਾਈਨ ਜਿਹੜੀ ਹੈ ਉਹ ਇਹਨੂੰ ਜਿਹੜੀ ਹੰਬਲੂਣਾ ਵਾਲੇ ਪਾਸੇ, ਜਿਹਨੂੰ ਕਿ ਰੇਸ ਕੋਰਸ ਰੋਡ ਵੀ ਕਿਹਾ ਜਾਂਦਾ, ਉੱਥੇ ਛੱਡਣੀ ਹੈ, ਅਤੇ ਫਿਰ ਇਹਦੀ ਕੰਸਟਰਕਸ਼ਨ ਹੋ ਸਕਦੀ ਹੈ। ਪਰ ਬੇਸਮੈਂਟ ਬਣ ਗਈ ਅਤੇ 6 ਮੰਜ਼ਲਾ ਉੱਤੇ ਵੀ ਬਣ ਗਈਆਂ। ਕਈ ਵਾਰੀ ਲਿਖਿਆ ਕਿ ਇਹਨੂੰ ਤੋੜ ਦਿਓ, ਇੱਥੋਂ ਤੱਕ ਕਿ ਜਿਹੜਾ ਮਾਲਕ ਸੀ ਉਹਨੇ ਵੀ ਇਹ ਕਿਹਾ ਸੀਗਾ ਕਿ ਮੈਂ ਇਹ ਬਿਲਡਿੰਗ ਨੂੰ ਤੋੜ ਦਿਆਂਗਾ, ਅੰਡਰਟੇਕਿੰਗ ਦਿੱਤੀ। ਪਰ ਹੁਣ ਤੁਸੀਂ ਦੇਖ ਸਕਦੇ ਹੋ ਸਕਰੀਨ 'ਤੇ, ਵਾਰ ਵਾਰ ਅਸੀਂ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਬਿਲਡਿੰਗ ਬਣ ਰਹੀ ਹੈ। ਕੁਝ ਦਿਨ ਪਹਿਲਾਂ ਜਿਹੜੇ ਮੁੱਖ ਸਕੱਤਰ ਨੇ, ਚੀਫ ਸੈਕਟਰੀ ਨੇ ਲੋਕਲ ਬਾਡੀ ਡਿਪਾਰਟਮੈਂਟ ਦੇ, ਉਹਨਾਂ ਵੱਲੋਂ ਇੱਕ ਜਾਰੀ ਕੀਤਾ ਗਿਆ ਸੀ ਫਰਮਾਨ, ਇੱਕ ਹੋਟਲ ਬਣ ਰਿਹਾ ਜਿਹੜਾ 9 ਮੰਜ਼ਲਾ ਭਰਾਵਾਂ ਦੇ ਢਾਬੇ ਦੇ ਕੋਲ, ਕੁਤਵਾਲੀ ਦੇ ਕੋਲ ਸਵੇਰਾ, ਵੀ ਉਸ ਦੇ ਮਾਲਕ ਦੇ ਖਿਲਾਫ FIR ਦਰਜ ਕਰਵਾਈ ਜਾਏ। ਅਸੀਂ ਉਦੋਂ ਵੀ ਆਖਿਆ ਸੀ ਕਿ ਇਕੱਲਾ ਇੱਕੋ ਹੀ ਹੋਟਲ ਬਣ ਰਿਹਾ ਸ਼ਹਿਰ ਦੇ ਵਿੱਚ ਇਲੀਗਲ, ਬਾਕੀ ਹੋਟਲਾਂ ਵਾਲਿਆਂ 'ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ? ਇਹ ਦੋ ਤਰਫਾ ਜਿਹੜੀ ਹੈ
ਦੋਗਲੀ ਨੀਤੀ ਸਰਕਾਰ ਕਿਉਂ ਚਲਾ ਰਹੀ ਹੈ? ਮੇਰੇ ਨਾਲ ਸਾਰੇ ਐਕਸਪਰਟ ਰਾਕੇਸ਼ ਸ਼ਰਮਾ, ਅਸੀਂ ਇੱਥੇ ਪੁਆਇੰਟ ਟੂ ਪੁਆਇੰਟ ਡਿਸਕਸ ਕਰਾਂਗੇ ਵੀ ਕਿਸ ਤਰ੍ਹਾਂ ਦੇਖੋ। ਪਹਿਲੇ ਤਾਂ ਐਮ ਟੀ ਪੀ ਡਿਪਾਰਟਮੈਂਟ ਨੂੰ ਕੋਈ ਸ਼ਿਕਾਇਤ ਨਹੀਂ ਕਰਦਾ, ਸ਼ਿਕਾਇਤ ਕਰਦਾ ਤਾਂ ਉਹਨੂੰ ਧੱਕੇ ਖਵਾਏ ਜਾਂਦੇ ਨੇ, ਉਹਦੀ ਸ਼ਿਕਾਇਤ 'ਤੇ ਕੁਛ ਸੁਣਨ ਨੂੰ ਤਿਆਰ ਨਹੀਂ ਹੁੰਦਾ। ਫਿਰ ਜਦੋਂ ਕਿਸੇ ਦੀ ਸ਼ਿਕਾਇਤ ਹੁੰਦੀ ਹੈ ਤਾਂ ਐਮ ਟੀ ਪੀ ਡਿਪਾਰਟਮੈਂਟ ਜਿਹਦੇ ਖਿਲਾਫ਼ ਸ਼ਿਕਾਇਤ ਹੁੰਦੀ ਉਹਨੂੰ ਦੱਸ ਦਿੰਦੇ ਆ ਡਿਪਾਰਟਮੈਂਟ ਦੇ ਅਧਿਕਾਰੀ ਜਾ ਕੇ ਵੀ ਫਲਾਣਾ ਬੰਦਾ ਯਾਰ ਤੇਰੀ ਸ਼ਿਕਾਇਤ ਕਰ ਰਿਹਾ, ਉਹਨੂੰ ਚੁੱਪ ਕਰਾਲਾ, ਨਹੀਂ ਤਾਂ ਸਾਡੇ ਲਈ ਔਖਾ ਹੋ ਜਾਣਾ। ਔਖਾ ਤੁਸੀਂ ਵੇਖ ਲਓ, ਇਹਨਾਂ ਦੇ ਜੇਬਾਂ ਭਰੀ ਜਾਓ ਅਤੇ ਕੋਈ ਔਖਾ ਨਹੀਂ ਹੈ। ਰਕੇਸ਼ ਜੀ, ਇੱਕ ਹੀ ਹੈ, ਦੇਖੋ ਤੁਸੀਂ ਵੀ ਸਾਰੀ ਸਟੱਡੀ ਕੀਤੀ ਹੈ ਪੂਰਾ, ਮੈਂ ਇਹ ਵੀ ਦੱਸਾਂਗਾ ਸਾਡੇ ਜਿਹੜੇ ਐਕਸਪਰਟ ਨੇ ਇਹਦੇ ਉੱਪਰ, ਜਿਹੜੇ ਖਾਸ ਤੌਰ 'ਤੇ ਐਮ ਟੀ ਪੀ ਡਿਪਾਰਟਮੈਂਟ 'ਚ ਹੀ ਰਹੇ ਨੇ ਅਤੇ ਐਸ ਟੀ ਪੀ ਰਿਟਾਇਰ ਹੋਏ ਨੇ, ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਹੈ, ਉਹ ਕੀ ਕਹਿੰਦੇ ਨੇ? ਪਹਿਲੇ ਰਕੇਸ਼ ਜੀ, ਤੁਸੀਂ ਇਹ ਦੱਸੋ ਇਹ ਕੀ ਹੈ ਪੂਰੀ ਕਹਾਣੀ? ਗੱਲ ਭੰਡਾਰੀ ਸਾਹਿਬ ਤੁਹਾਡੀ ਠੀਕ ਆ ਵੀ ਹਰੇ ਪਰਦੇ ਦਾ ਖੇਡ ਚੱਲਣ ਡਿਆ ਸਾਰੇ ਸ਼ਹਿਰ 'ਚ। ਚਲੋ ਇੱਥੇ ਤਾਂ ਵਿਧਾਇਕ ਆ, ਇੱਥੇ ਆਉਂਦੇ ਵਿਧਾਇਕ ਪਾਸ ਅਤੇ ਨਿਗਮ ਫੇਲ, ਨਿਗਮ ਫੇਲ, ਉੱਥੇ ਪੈਸਾ ਪਾਸ ਅਤੇ ਨਿਗਮ ਫੇਲ। ਇਹ ਵੀ ਕਹਿ ਸਕਦੇ ਜੀ, ਵਿਧਾਇਕ ਜੀਤਾ ਅਤੇ ਨਿਗਮ ਜਿਹੜਾ ਉਹ ਫੇਲ ਹੋ ਗਿਆ। ਨਿਗਮ ਫੇਲ ਹੋ ਗਿਆ, ਤੁਹਾਡੀ ਗੱਲ ਠੀਕ ਆ। ਵੇਖੋ ਸਰਕਾਰ ਆਈ ਸੀ ਬਦਲਾਵ 'ਤੇ ਜੀ, ਬੜੀਆਂ ਲੋਕਾਂ ਨੂੰ ਆਸਾਂ ਸੀ ਵੀ ਇਹਨਾਂ ਦੇ ਜਿਹੜੇ ਵਿਧਾਇਕ ਆ ਉਹ ਸਾਡੇ ਵਿੱਚ ਵਿਚਰਦੇ ਫਿਰਨਗੇ, ਸਾਡੇ ਘਰ ਘਰ ਆ ਕੇ ਸਾਨੂੰ ਪੁੱਛਣਗੇ ਵੀ ਤੁਹਾਨੂੰ ਤੰਗੀ ਕਿ ਨਹੀਂ, ਕੋਈ ਗਲਤ ਕੰਮ ਕਿ ਨਹੀਂ ਹੋ ਰਿਹਾ, ਇਹ ਵੀ ਉਸੇ ਥਾਂ ਦੇ ਰਾਹ 'ਤੇ ਚੱਲ ਪਏ ਜੇ ਜੀ, ਕਰਪਸ਼ਨ ਕੋਈ ਨਹੀਂ ਜੇ ਮੁੱਕੀ, ਆਹ ਸਰਕਾਰ 'ਚ ਰੇਡ ਦੂਣੇ ਹੋਏ ਜੇ, ਕੰਮ ਔਖੇ ਹੋਏ, ਲੋਕ ਕਹਿੰਦੇ ਵੀ ਬੜੀ ਘਟਰ ਮਾਨਦਾ ਸਰਕਾਰ ਆਈ ਜੇ, ਅਫਸਰ ਕਹਿੰਦੇ ਆ ਵੀ ਬੜਾ ਔਖਾ ਹੋ ਗਿਆ ਜੇ, ਕੰਮ ਰੇਟ ਹੁਣ ਵੱਧ ਗਿਆ ਜੇ, ਕੰਮ ਤੁਹਾਡਾ ਕਰਾਵਾਂਗੇ, ਮੁਸ਼ਕਲ ਬੜੀ ਜੇ। ਰਕੇਸ਼ ਜੀ, ਆਮ ਆਦਮੀ ਪਾਰਟੀ ਨੂੰ ਤਾਂ ਵੈਸੇ ਇਹਨਾਂ ਦੇ ਜਿਹੜੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ, ਉਹ ਤਾਂ ਖੈਰ ਉਹਨਾਂ ਦੇ ਏਰੀਆ 'ਚ ਬਣ ਲਈ ਜੇ ਬਿਲਡਿੰਗ, ਅਤੇ ਦੂਸਰਾ ਵਿਧਾਇਕ ਬਣਾ ਛੋਟਾ ਨਹੀਂ ਕੀਤੀ, ਨਹੀਂ ਨਹੀਂ ਦੁਬਾਰਾ ਦੂਜੇ ਏਰੀਏ ਦਾ ਵਿਧਾਇਕ ਕਰ ਰਿਹਾ ਉਹਨਾਂ ਦੀ ਇਹ ਗੱਲ। ਰਕੇਸ਼ ਜੀ, ਮੈਨੂੰ ਯਾਦ ਆਉਂਦੀ ਹੈ, ਉਹ ਕਹਿੰਦੇ ਆ ਵੀ ਸਰਕਾਰ ਬਦਲੀ ਸਿਸਟਮ ਉਹੀ, ਕਹਿੰਦੇ ਜਿਹਦੀ ਸ਼ਿਕਾਇਤ ਕਰਦੇ ਨੇ, ਮੰਨ ਲਓ ਕੋਈ ਬੰਦਾ ਕਾਰਵਾਈ ਕਰਦਾ, ਉਹਨਾਂ ਗ੍ਰੀਨ ਐਵਨਿਊ ਇੱਕ ਦਿਖਾਇਆ ਸੀ ਸਕੂਲ ਬੰਦਾ, ਆਹ ਵੇਖੋ ਕਹਿੰਦੇ ਬਣ ਗਿਆ, ਇਹ ਬਣ ਨਹੀਂ ਸਕਦਾ, ਕਹਿੰਦੇ ਮੈਂ ਸ਼ਿਕਾਇਤ ਕਰਦਾ ਸਾਡੀ ਸੁਣਦਾ ਕੋਈ ਨਹੀਂ, ਮਤਲਬ ਇੱਕ ਐਮ ਐਲ ਏ ਕਹਿ ਰਿਹਾ ਸਾਡੀ ਕੋਈ ਨਹੀਂ ਸੁਣ ਕੇ ਰਾਜੀ। ਉਹ ਜੀ, ਇੱਕ ਐਮ ਐਲ ਏ ਦੀ ਨਹੀਂ ਸੁਣਦੀ ਅਤੇ ਆਮ ਜਨਤਾ ਦਾ ਕੀ? ਮੈਂ ਤੁਹਾਨੂੰ ਦੱਸਦਾ ਜੀ, ਮੈਂ ਇੱਕ ਵਾਰੀ ਕਮਿਸ਼ਨਰ ਸਾਹਿਬ ਨੂੰ ਸ਼ਿਕਾਇਤ ਕਰ ਬੈਠਾ, ਘਰ ਦੀ ਵੀ ਹੌਸਲਾ ਨਹੀਂ ਛੱਡੀ, ਇਹਨੇ ਮਲਣ ਡੇ ਆ, ਮਿਲੀ ਜਾਣ ਡੇ ਆ, ਉਹਨਾਂ ਡਿਊਟੀ ਲਾ ਦਿੱਤੀ। ਉਦੋਂ ਕਮਿਸ਼ਨਰ ਮੈਂ ਸੰਦੀਪ ਰਿਸ਼ੀ ਹੁੰਦੇ ਸੀ, ਸੰਦੀਪ ਰਿਸ਼ੀ ਏ ਟੀ ਪੀ ਜੀ, ਏ ਟੀ ਪੀ ਉਹ ਹੀ ਜਿਹੜਾ ਇਹਨਾਂ ਕੀ ਕੀਤਾ, ਇਹਨਾਂ ਕੋਲ ਏ ਟੀ ਪੀ ਇੰਸਪੈਕਟਰ ਨਹੀਂ ਹੈਗੇ, ਇਹਨਾਂ ਜਿਹੜੇ ਵਾਟਰ ਸਪਲਾਈ ਸੀਵਰੇਜ ਬੋਰਡ ਦੇ ਜੇਈ ਆ ਨਾ, ਉਹਨਾਂ ਨੂੰ ਬਿਲਡਿੰਗ ਇੰਸਪੈਕਟਰ ਬਣਾ ਦਿੱਤਾ ਜੀ, ਅਤੇ ਐਸ ਡੀ ਓ ਜਿਹੜੇ ਹੈਗੇ ਉਹਨਾਂ ਨੂੰ ਏ ਟੀ ਪੀ ਬਣਾ ਦਿੱਤਾ, ਪਾਵਰਾਂ ਦੇ ਦਿੱਤੀਆਂ ਵੀ ਕੰਮ ਕਰੋ, ਉਹ ਐਸ ਡੀ ਓ ਸਾਹਿਬ ਹੀ ਅਤੇ ਏ ਟੀ ਪੀ ਦੀਆਂ ਪਾਵਰਾਂ ਸੀ। ਮੈਨੂੰ ਆਉਂਦੇ ਜੀ ਕਪਾਲ ਨਾਲ ਤੁਸੀਂ ਚਿੰਤਾ ਕੋਈ ਕਰਦੇ, ਜੇ ਮੈਂ ਬੈਠਾ ਪੂਰੀ ਹੌਸਲਾ ਦੀ ਕੋਈ ਨਹੀਂ ਕਵਰ ਹੋਊਗੀ, ਮੈਂ ਬਣਵਾਊਂਗਾ ਆਪੇ, ਉਹਨਾਂ ਨੇ ਮਾਲ ਲਿਆ ਅਤੇ ਹੌਸਲਾ ਕਵਰ ਕਰਾ ਦਿੱਤੀ। ਹੁਣ ਵੇਖੋ ਇੱਦਾਂ ਦਾ ਹੀ ਇਹਦੇ ਇੱਥੇ ਇੱਕ ਹੈਗਾ ਵਾਟਰ ਸਪਲਾਈ ਦਾ ਹੀ, ਉਹਦਾ ਜੇਈ ਉਹਨੂੰ ਬਿਲਡਿੰਗ ਇੰਸਪੈਕਟਰ ਬਣਾਇਆ ਇੱਕ ਏਰੀਏ 'ਚ ਜੀ, ਉਹਦੀ 40 ਡਿਗਰੀ ਦੀ ਵੀ ਇੰਕੁਆਇਰੀ ਚੱਲਣ ਡੀ ਆ, ਉਹ ਜਿੱਥੇ ਜਾਂਦਾ ਏ ਟੀ ਪੀ ਐਮ ਟੀ ਪੀ ਦੇ ਨਾਲ ਹੈ, ਕਿਤੋਂ 50,000 ਲੈਣ ਦਾ, ਕਿਤੋਂ 1,00,000 ਲੈਣ ਦਾ, ਮੈਨੂੰ ਲੱਗਦਾ ਵੀ ਉਹਨੇ ਛੇਤੀ ਵਿਜੀਲੈਂਸ ਨੂੰ ਫੜਿਆ ਜਾਣਾ, ਐਸ ਐਸ ਪੀ ਵਿਜੀਲੈਂਸ ਨੂੰ ਮਿਲ ਕੇ ਮੈਂ ਜਾਣਕਾਰੀ ਵੀ ਦਊਂਗਾ ਉਹਦੀ ਵੀ ਇਹ ਬੰਦਾ ਬੜਾ ਕਰਪਟ ਹੈ ਜੀ। ਇਹ ਸਰਕਾਰ ਨੂੰ ਚਾਹੀਦਾ ਵੀ ਉਹ ਜਿਹੜੇ ਇੱਥੋਂ ਫੜ ਫੜ ਲਾਏ ਜਾਣ ਦੀ ਐਵੇਂ ਜੇਈ ਵਾਟਰ ਸਪਲਾਈ 'ਚੋਂ ਇਹਨਾਂ ਨੂੰ ਵਾਪਸ ਭੇਜੋ। ਮੈਂ ਰਕੇਸ਼ ਜੀ, ਇਹ ਕਿਹਾ ਗਿਆ ਸੀ ਉਦੋਂ, ਮੇਰੀ ਵੀ ਨਾ ਹੈਗੇ ਨੇ ਸਾਡੇ ਜਿਹੜੇ ਜਾਣਕਾਰ, ਉਹਨਾਂ ਨਾਲ ਗੱਲ ਹੋਈ ਸੀ, ਕਹਿੰਦੇ ਵੀ ਉਦੋਂ ਇੱਕ ਵਾਰੀ ਗੱਲ ਚੱਲੀ ਸੀ ਵੀ ਕਿਉਂਕਿ ਟੈਕਨੀਕਲ ਬੰਦੇ ਲਾਏ ਜਾਣ ਜਿਨ੍ਹਾਂ ਨੂੰ ਕਿਉਂਕਿ ਬੇਸਮੈਂਟ ਜਦੋਂ ਚੁੱਕੀ ਜਾਂਦੀ ਨਾ, ਨੀਂਹ ਸਟਰਕਚਰ ਚੁੱਕਿਆ ਜਾਂਦਾ ਵੀ ਉਦੋਂ ਹੀ ਰੋਕ ਲਓ। ਹੁਣ ਤੁਸੀਂ ਦੇਖੋ 6 ਮੰਜ਼ਿਲਾ ਬਿਲਡਿੰਗ ਬਣ ਗਈ ਰਕੇਸ਼ ਜੀ, ਵਾਰ ਵਾਰ ਢਾਈ ਗਈ, ਤੁਸੀਂ ਉਹਦੇ 'ਤੇ ਆਉਣਾ ਹੀ ਹੈ, ਮਤਲਬ ਫਿਰ ਤੁਸੀਂ ਦੇਖੋ ਉਹ ਅਤੇ ਫਿਰ ਨਤੀਜਾ ਕੀ ਨਿਕਲਿਆ ਵੀ ਤੁਸੀਂ ਕਿੰਨੀ ਐਨਰਜੀ ਵੇਸਟ ਹੋਈ, ਕਿੰਨੀ ਫੋਰਸ ਵੇਸਟ ਹੋਈ, ਉਦੋਂ ਜਿੱਦਾਂ 9 ਘੰਟੇ ਲੱਗੇ, ਪੈਸੇ ਨਹੀਂ ਲੱਗਦੇ, ਤੁਸੀਂ ਲਗਾਵਾਂ ਲੈਂਦੇ ਜੇ ਸਰਕਾਰ ਦੇ ਪੈਸੇ ਲੱਗਦੇ, ਪੈਸੇ ਲੱਗਦੇ ਜੀ, ਜੇ ਤੁਸੀਂ ਕੋਈ ਡਿਜੀਟਲ ਹੋ ਜਾਂਦੀ ਤਾਂ ਪੈਸੇ ਨਹੀਂ ਲੱਗਦੇ। ਇਹ ਕੀ ਰਕੇਸ਼ ਜੀ, ਇਹ ਬਾਂਸਲ ਸਵੀਟ ਦੇ ਸਾਹਮਣੇ ਆ ਜੀ ਬਿਲਡਿੰਗ ਜੀ, ਨੁੱਕਰ ਦੀ ਬਿਲਡਿੰਗ ਆ, ਬੜਾ ਸੋਹਣਾ ਅਗਲੇ ਨੇ ਪਲਾਟ ਲਿਆ ਜੀ, ਉਹਨੇ ਬਣਾਉਣਾ ਸ਼ੁਰੂ ਕਰਤਾ ਜੀ, 22 ਲੱਖ ਦੀ ਪੂਰੀ ਲੰਘਣਾ ਕੀਤੀ,
ਜੇ ਲੀਗਲ ਬਿਲਡਿੰਗ ਨਾ ਕੋਈ ਹਾਊਸ ਲੈਨ ਛੱਡੀ, ਨਾ ਇੱਕ ਬੰਨੇ ਛੱਡੀ, ਨਾ ਦੂਜੇ ਬੰਨੇ ਛੱਡੀ, ਨਾ ਕੋਈ ਪਾਰਕਿੰਗ ਏਰੀਆ ਛੱਡਿਆ, ਸਾਰਾ ਹੀ ਪਿਓ ਦੇ ਪੁੱਤ ਨੇ ਕਵਰ ਕਰ ਲਿਆ ਤੇ ਉਹਨੂੰ ਵਧਾਇਕ ਦਾ ਆਸ਼ੀਰਵਾਦ, ਜੇ ਇੱਕ ਵਧਾਇਕ ਦਾ ਆਸ਼ੀਰਵਾਦ ਹੀ ਉਹਨਾਂ ਬਣਾ ਗੱਲ ਕੋਈ ਨਹੀਂ ਜੀ, ਪਹਿਲਾਂ ਪੀੜੀ ਸਰਕਾਰ 'ਚ ਵੀ ਇੱਕ ਵਧਾਇਕ ਦਾ ਸੀ, ਮੈਨੂੰ ਨਾ ਇਹ ਵਧਾਇਕ ਨਾ ਵਿਧਾਇਕ ਸਾਹਿਬ ਪਹਿਲੇ ਇੱਥੇ ਕਮਿਸ਼ਨਰ ਮੰਨਦੇ ਨਹੀਂ, ਅਤੇ ਵਿਧਾਇਕ ਸਾਹਿਬ ਸੈਕਟਰੀ ਕੋਲ ਚਲੇ ਗਏ, ਸੈਕਟਰੀ ਸਾਹਿਬ ਨੇ ਫੋਨ ਕੀਤਾ ਕਮਿਸ਼ਨਰ ਨੂੰ ਵੀ ਇਹ MLA ਸਾਹਿਬ ਜੋ ਕਹਿੰਦੇ ਉਹ ਕਰ ਦਿਓ, ਅਤੇ ਬਾਹਰ ਆ ਕੇ MLA ਸਾਹਿਬ ਕਹਿੰਦੇ ਉਹਨੂੰ ਕਮਿਸ਼ਨਰ ਨੂੰ, ਉਹ ਤੈਨੂੰ ਹੁਣ ਵੇਖ ਲਾ ਸੈਕਟਰੀ ਨੇ ਕਹਿਤਾ ਹੀ, ਅਤੇ ਉਹ ਬਾਅਦ 'ਚ ਮੇਰੀ ਗੱਲ ਹੋਈ ਸੀ ਉੱਥੇ, ਮੈਨੂੰ ਪਤਾ ਲੱਗਿਆ ਵੀ ਸੈਕਟਰੀ ਨੇ ਕਮਿਸ਼ਨਰ ਨੂੰ ਫੋਨ ਕਰਕੇ ਕਹਿਤਾ ਯਾਰ ਮੇਰੇ ਆਖੇ ਨਾਲ ਲੱਗੀ ਜੋ ਨੋਮਸ ਕਹਿੰਦੇ ਉਹ ਕਰੀ। ਵੇਖੋ ਜੀ ਉਹ ਠੀਕ ਆ, ਉਹਨਾਂ ਪ੍ਰੈਸ਼ਰ 'ਚ ਕਹਿਤਾ, ਜਿਹੜਾ ਕੋਈ ਚੰਗਾ ਜਿੱਦਾਂ ਹੁਣ ਐਰਕਰ ਲੋਕਲ ਬੋਡੀ ਦੇ ਵਧੀਆ ਸੈਕਟਰੀ ਹੋਣੇ, ਤਾਂ ਉਹ ਤਾਂ ਇਹੋ ਜਿਹਾ ਗੱਲ ਕਹਿਣਗੇ ਵੀ ਨਹੀਂ ਜੀ, ਉਹ ਤਾਂ ਇੱਦਾਂ ਦੇ ਸੈਕਟਰੀ ਆ ਉਹ ਸਾਫ ਜਵਾਬ ਦੇ ਦਿੰਦੇ ਆ ਜੀ। ਚਲੋ ਉਹਨਾਂ ਦਾ ਬਸ ਨਹੀਂ ਚੱਲ ਰਿਹਾ ਲੱਗਦਾ, ਮੈਨੂੰ ਲੱਗਦਾ ਵੀ ਇਹ ਡਿਪਾਰਟਮੈਂਟ ਅੱਗੇ ਉਹਨਾਂ ਦਾ ਬਸ ਨਹੀਂ ਚੱਲ ਰਿਹਾ, ਪਤਾ ਨਹੀਂ ਕਿਹੜੇ ਉਹ ਦਲੇਰੀ ਕਰਕੇ ਇੱਕ ਹੋਟਲ ਦੇ ਪੱਤੇ ਦਾ ਦਰਜ ਕਹਿ ਚੁੱਕੇ ਆ, ਅਤੇ ਉਹ ਵੀ ਹੁੰਦਾ ਕਿ ਨਹੀਂ ਹੁੰਦਾ ਜੀ, ਅਜੇ ਵੇਖਣ ਦਾ ਕੰਮ ਆ। ਹੁਣ ਇਹ ਵੇਖੋ ਜੀ ਇਹਨੇ ਬਿਲਡਿੰਗਾਂ ਬਣਾਈਆਂ ਆ ਸਾਰੀ ਹੁਸੈਨ ਕਵਰ ਕਰ ਲਈ, ਮੈਂ ਵੀਡੀਓ ਐਡੀਟਰ ਨੂੰ ਕਹੂੰਗਾ ਇਹ ਸਕਰੀਨ 'ਤੇ ਦੈਨਿਕ ਭਾਸਕਰ ਦੇ ਵਿੱਚ ਛਪੀ ਖਬਰ ਦੀ ਤੁਸੀਂ ਦੇਖ ਸਕਦੇ ਹੋ, ਜਿਹੜੀ ਕਿ 21 ਸਤੰਬਰ 2023 ਨੂੰ ਛਪੀ ਹੈ। 7 ਸਤੰਬਰ 2022 ਨੇ ਉਹਨੂੰ ਪਹਿਲੀ ਵਾਰੀ ਸੀਲ ਕਰਤਾ ਜੀ ਵੀ ਤੂੰ ਗਲਤ ਬਣਾ ਰਿਹਾ ਇਹਨੂੰ ਢਾ ਜੀ, ਉਹਨੇ ਇੱਕ ਅੰਡਰਟੇਕਿੰਗ ਦੇ ਦਿੱਤੀ ਵੀ ਮੈਂ ਕੁਛ ਨਹੀਂ ਕਰਦਾ ਇਹ 'ਤੇ, ਕੋਈ ਫਿਨਿਸ਼ਿੰਗ ਨਹੀਂ ਕਰ ਦੂੰ, ਆਪੇ ਇਹਨੂੰ ਢਾ ਦੂੰਗਾ ਜੀ, ਅਤੇ 3 ਵਾਰੀ ਸੀਲਿੰਗ ਖੋਲ ਦਿਓ ਜੀ, ਉਹਨੀ ਸੀਲ ਖੋਲਤੀ ਜਾਂਦੀ ਆ। ਚੋ ਕੀ ਕਰਦਾ ਉਹ ਤਾਂ ਵਿੱਚ ਫਿਰ ਕੰਮ ਕਰਾਉਣਾ ਸ਼ੁਰੂ ਕਰ ਦਿੰਦਾ, ਕਾਰਪੋਰੇਸ਼ਨ ਨੂੰ ਫਿਰ ਸ਼ਿਕਾਇਤ ਹੁੰਦੀ ਆ, ਫਿਰ 24 ਫਰਵਰੀ ਨੂੰ ਦੁਬਾਰਾ ਸੀਲ ਕਰ ਦਿੰਦੇ ਆ ਜੀ। ਬਿਲਡਿੰਗ ਵਾਲਾ 28 ਫਰਵਰੀ ਨੂੰ ਦੁਬਾਰਾ ਇੱਕ ਐਫੀਡੈਵਿਟ ਦੇ ਕੇ ਕਹਿੰਦਾ ਵੀ ਜੇ ਜਿਹੜੇ ਹਿੱਸੇ ਢਾਂ ਦੀ ਗੱਲ ਮੈਂ ਢਾ ਦੂੰਗਾ, ਮੈਨੂੰ 2 ਮਹੀਨੇ ਦੀ ਮੁੱਲ ਦਿਓ ਜੀ। MTP ਸਾਹਿਬ ਕਮਿਸ਼ਨਰ ਸਾਹਿਬ ਕੋਲ ਮਨਜ਼ੂਰੀ ਲੈ ਕੇ ਕੋਈ ਸ਼ਰਤਾਂ ਲਾ ਦਿੰਦੇ ਆ ਵੀ ਇਹ ਸ਼ਰਤਾਂ ਦੇ ਅਧੀਨ ਤੂੰ ਖੋਲ ਸਕਦਾ ਜੀ, ਬਿਲਡਿੰਗ 'ਤੇ ਤਾਂ ਕੰਮ ਨਹੀਂ ਕੋਈ ਕਰੇਗਾ ਉੱਥੇ ਫਿਨਿਸ਼ਿੰਗ ਜੀ, ਫਿਰ ਨਹੀਂ ਮੁੜਦਾ। ਉਹਨੇ ਇਹ ਵੀ ਕਿਹਾ ਜਾਂਦਾ ਵੀ ਜੇ ਤੂੰ ਇਹਦੀ ਜਗ੍ਹਾ 'ਤੇ ਫਿਨਿਸ਼ਿੰਗ ਕਰਾਏਗਾ ਅਤੇ ਤੇਰੇ 'ਤੇ FIR ਵੀ ਦਰਜ ਕਰਾਈ ਜਾਊਗੀ, ਉਹਨਾਂ ਮੈਨੂੰ ਮਨਜ਼ੂਰ ਆ ਜੀ ਐਫੀਡੇਵਿਟ ਦੇਣ ਦਾ ਜੀ। ਪਰ ਉਹ ਪਿਓ ਦਾ ਪੁੱਤ ਮਿਲਦਾ ਨਹੀਂ, 9 ਮਈ 2023 ਨੂੰ ਅਤੇ 24 ਮਾਰਚ ਨੂੰ ਇਹ 3ਵੀਂ ਵਾਰੀ ਸੀਲ ਹੋ ਜਾਂਦੀ ਆ ਜੀ ਜੀ, 3ਵੀਂ ਵਾਰੀ ਸੀਲ ਹੋ ਜਾਂਦੀ ਆ, ਉਹ ਫਿਰ ਉਹੀ ਕੰਮ ਕਰਦਾ ਕਰਦਾ 9 ਮਈ 2023 ਨੂੰ ਫਿਰ ਬਿਲਡਿੰਗ ਦੀ ਸੀਲ ਖੋਲ੍ਹਦੀ ਜਾਂਦੀ, ਉਹ ਫਿਰ ਐਫੀਡੇਵਿਟ ਦੇ ਕੇ ਟਾਈਮ ਲੈ ਲੈਂਦਾ ਵੀ ਮੈਂ ਨਹੀਂ ਕਰਦਾ, ਹਰੇ ਪਰਦੇ ਦੇ ਅੰਦਰ ਅੰਦਰ ਕੰਮ ਚੱਲੀ ਜਾਂਦਾ। ਤੁਹਾਨੂੰ ਪਤਾ ਪਿੱਛੇ ਜੇ ਕਮਿਸ਼ਨ ਆਈ ਕੇ ਰਾਹੁਲ ਜੀ, ਬਹੁਤ ਓਨੈਸਟ ਅਤੇ ਬਹੁਤ ਸਖਤ, ਉਹ ਕਿਸੇ ਲੀਡਰ ਨੂੰ ਮਿਲਦੇ ਨਹੀਂ ਜੀ, ਉਹ ਤਾਂ ਬਦਲੀ ਕਰਾ ਗਏ ਇੱਥੋਂ ਆਪਣੀ, ਇਹੋ ਜਿਹੜੇ ਵਿਧਾਇਕ ਸਾਹਿਬ ਬਣਾ ਰਹੇ ਉਹਨਾਂ ਨੂੰ ਕਹਿੰਦੇ ਮੇਰੇ ਘਰ ਚਾਹ ਪੀਣਾ, ਅੱਛਾ ਉਹ ਕਹਿੰਦਾ ਮੈਂ ਨਹੀਂ ਆਉਣਾ ਜੀ, ਫਿਰ DC ਸਾਹਿਬ ਨਿਭਾ ਕੇ ਇਹਨਾਂ ਨੂੰ ਹੁਣ ਚਾਹ ਪਿਆਈ, ਜੋ ਸੁਣਨ 'ਚ ਆਈ ਸ਼ਹਿਰ ਦੇ ਵਿੱਚ ਜੋ ਰਿਹਾ ਹੈਗੀ ਆ। ਅਤੇ 21 ਨੌਂ 2023 ਨੂੰ ਉਹ ਲਾਮ ਲਕਸ਼ਰ ਨਾਲ ਲੈਂਦੇ ਅਤੇ ਜਿਹੜਾ ਵੈਦ ਹਿੱਸਾ ਸੀ ਉਹਨੂੰ ਡਿੱਚਾਂ ਨਾਲ ਡਰਿੱਲਾਂ ਨਾਲ ਢਵਾ ਦਿੰਦੇ ਆ ਜੀ, ਕਹਿੰਦੇ ਵੀ ਇਲਟੀ ਮਸ਼ੀਨ ਸੱਦ ਕੇ 9 ਘੰਟੇ ਲੱਗਦੇ ਉਹਨੂੰ ਤੋੜਨ ਦੇ ਵਿੱਚ, ਤੋੜ ਦਿੰਦੇ ਆ। ਬਿਲਕੁਲ ਸਾਫ ਹੈ ਫੋਟੋ ਰੱਖੇ ਜੀ, ਫੋਟੋ ਦੀ ਦਿਖ ਰਹੀ ਹੈ ਉਹਦੇ 'ਚ ਵੀ ਕਿਸ ਤਰ੍ਹਾਂ ਬਿਲਡਿੰਗ ਕੇ ਰਾਹੁਲ ਜੀ ਚੱਲ ਜਾਂਦੇ ਆ, ਉਹਦੇ ਸ਼ੀਸ਼ੇ ਵੀ ਇੱਕ ਫਰੰਟ ਐਲੀਵੇਸ਼ਨ ਤੋੜੀ ਜਾਂਦੀ ਆ, ਪੌੜੀਆਂ ਵੀ ਤੋੜੀਆਂ ਜਾਂਦੀਆਂ, ਹੋਰ ਜਿਹੜਾ ਨੇ ਕਬਜ਼ਾ ਕੀਤਾ ਉਹ ਵੀ ਤੋੜਿਆ ਜਾਂਦਾ। ਸਵਾਲ ਇਹ ਹੈ ਕਿ ਦੇਖੋ ਉਹਦੇ ਇਹਨੂੰ ਲੈ ਕੇ ਮੇਰੀ ਨਾ ਉਸ ਵੇਲੇ ਦੇ MTP ਜਿਹੜੇ ਜੀ ਨਰਿੰਦਰ ਸ਼ਰਮਾ ਉਹਨਾਂ ਨਾਲ ਗੱਲ ਹੋਈ ਹੈ, ਮੈਂ ਉਹਨਾਂ ਨੂੰ ਪੁੱਛਿਆ ਜੀ ਨੋਮਸ ਕੀ ਨੇ, ਦੇਖੋ ਕਹਿੰਦੇ ਵੀ ਜੇ 500 ਗਜ਼ ਤੋਂ ਘੱਟ ਹੈ ਨਾ ਪਲੋਟ ਅਤੇ ਓਪਨ ਏਰੀਆ ਛੱਡਣਾ ਹੁੰਦਾ ਫਰੰਟ ਪਾਸਿਓਂ ਅਤੇ ਸਾਈਡ ਦੇ ਪਾਸਿਓਂ 15% ਜੇ 500 ਗਜ਼ ਤੋਂ ਘੱਟ ਆ, ਅਤੇ ਨਾਲ ਦੀ ਨਾਲ ਕਹਿੰਦੇ ਵੀ ਅਸੀਂ 9ਵੇਂ ਮਹੀਨੇ ਦੱਸਿਆ ਮੈਨੂੰ ਵੀ 1.5 ਫਲੋਰ ਅਸੀਂ 250 ਸੀ ਉਦੋਂ, ਮੈਂ ਕਹਿੰਦਾ ਕੋਈ ਪਾਰਕਿੰਗ ਤਾਂ ਹੈ ਨਹੀਂ, ਜਦੋਂ ਨੀਂਹ ਗਲਤ ਰੱਖੀ ਗਈ ਆ ਉਹ ਮੰਨ ਗਏ ਉਹ, ਕਹਿੰਦੇ ਬਿਲਕੁਲ ਨਹੀਂ ਸੀਗੀਆਂ, ਕਹਿੰਦੇ ਫਿਰ ਹੁਣ
ਮੈਂ ਕਿਹਾ ਜੀ ਉਹਨਾਂ ਦਾ ਨਕਸ਼ਾ ਕਿਹੜਾ ਪਾਸ ਆ, ਕਹਿੰਦੇ ਬੇਸਮੈਂਟ ਪਲੱਸ 3 ਮੰਜ਼ਿਲਾ। ਮੇਰਾ ਖਿਆਲ ਤੁਸੀਂ ਵੀਡੀਓ ਅਸੀਂ ਵਾਰ ਵਾਰ ਦਿਖਾ ਰਹੇ ਹਾਂ ਸਕਰੀਨ ਦੇ ਉੱਪਰ ਵੀ ਉਹ ਤਾਂ 6 ਮੰਜ਼ਿਲਾ ਬਣੀ ਹੋਈ ਹੈ। ਹੁਣ ਤੁਸੀਂ ਜੀ ਮੇਰੀ ਇਸੇ ਨੂੰ ਲੈ ਕੇ ਗੱਲ ਫਿਰ ਹੁੰਦੀ ਹੈ, ਜਿਹੜੇ ਨਵੇਂ ਜੁਆਇਨ ਕੀਤੇ ਨੇ ਅਡੀਸ਼ਨਲ ਕਮਿਸ਼ਨਰ ਸੁਰਿੰਦਰ ਸਿੰਘ, ਉਹ ਕਹਿੰਦੇ ਵੀ ਅੱਜ ਹੀ ਟੀਮ ਭੇਜੀ ਜਾਏਗੀ ਅਤੇ ਅਸੀਂ ਇਹਦਾ ਪੂਰਾ ਰਿਕਾਰਡ ਖੰਗਾਲਾਂਗੇ। ਰਿਕਾਰਡ ਕੀ ਖੰਗਾਲਾਂ, ਤੁਸੀਂ ਪੁਰਾਣੇ ਅਫਸਰਾਂ ਨੂੰ ਪੁੱਛ ਲਓ। ਫਿਰ ਮੈਂ ਇਸ ਫੋਨ ਕੀਤਾ MTP ਜਿਹੜੇ ਉਸ ਏਰੀਏ ਦੇ ਨੇ ਇਸ ਵੇਲੇ ਮੌਜੂਦਾ ਮਿਹਰਬਾਨ ਸਿੰਘ, ਜਿੱਥੇ ਕਿਹਾ ਜਾਂਦਾ ਵੀ ਮਿਹਰਬਾਨੀ ਨਾਲ ਸਾਰੇ ਸੈਂਟਰ ਦੇ ਹਲਕੇ ਚ ਬਣ ਗਏ, ਹੋਟਲ ਬਣ ਗਏ ਆ, ਮਿਹਰਬਾਨ ਦੀਆਂ ਮਿਹਰਬਾਨੀ ਆ। ਲੋਕਲ ਬੋਡੀ ਮੰਤਰੀ ਦੇ ਸੁਣਿਆ ਜਾਂਦਾ ਵੀ ਬਹੁਤ ਕਰੀਬੀ ਆ, ਕਹਿੰਦੇ ਵੀ ਉਹਨਾਂ ਇੱਕ ਕਰੀਬੀ ਨਹੀਂ, ਇੱਕ ਉਹਨਾਂ ਦੇ ਆਸ਼ੀਰਵਾਦ ਆ ਕਿਸੇ ਦਾ, ਉਹ ਕਹਿੰਦੇ ਬਾਰ ਬਾਰ ਕੋਲ ਫੋਨ ਕਰਾਉਂਦੇ ਨੇ ਅਤੇ ਬੰਦੇ ਉਹ ਕਾਂਗਰਸ ਨੇ ਮੁੜ ਕੇ ਉਹਦੇ 'ਚ ਆਏ ਨੇ ਆਮ ਆਦਮੀ ਪਾਰਟੀ 'ਚ। ਹੁਣ ਤੁਸੀਂ ਦੇਖੋ ਤੇਰੀ ਮਿਹਰਬਾਨੀ ਆ, ਅਤੇ ਮੈਂ ਫੋਨ ਕੀਤਾ ਜੋ ਮਿਹਰਬਾਨ ਸਿੰਘ ਨੇ ਉਹਨਾਂ ਨੂੰ, ਉਹਨਾਂ ਨੇ ਫੋਨ ਤਾਂ ਨਹੀਂ ਚੁੱਕਿਆ ਪਰ ਮੈਸੇਜ ਪਾਤਾ ਕਾਲ ਯੂ ਲੇਟਰ। ਮੈਂ ਉਹਨਾਂ ਨੂੰ ਪਿਆ ਲਿਖਿਆ ਵੀ ਬੜਾ ਅਰਜੈਂਟ ਤੁਹਾਡੇ ਨਾਲ ਮੈਂ ਗੱਲ ਕਰਨੀ ਚਾਹੁੰਦਾ, ਕਿਉਂਕਿ ਦੇਖੋ ਅਸੀਂ ਪਹਿਲੇ ਕਈ ਵਾਰੀ ਕਹਿ ਚੁੱਕੇ ਹਾਂ ਆਪਣੇ ਪ੍ਰੋਗਰਾਮ ਦੇ ਵਿੱਚ, ਅਸੀਂ ਕਿਸੇ ਦੇ ਖਿਲਾਫ ਨਹੀਂ ਹਾਂ, ਕਿਸੇ ਹੋਟਲ ਵਾਲੇ ਦੇ ਖਿਲਾਫ ਨਹੀਂ, ਕਿਸੇ ਵਪਾਰੀ ਦੇ ਖਿਲਾਫ ਨਹੀਂ ਹਾਂ, ਪਰ ਜੇ ਸਰਕਾਰ ਨੇ ਕੋਈ ਕਾਇਦੇ ਕਾਨੂੰਨ ਬਣਾਏ ਨੇ ਤਾਂ ਫਿਰ ਉਹ ਕਾਇਦੇ ਕਾਨੂੰਨਾਂ ਦਾ ਪਾਲਣ ਕਰਨਾ ਚਾਹੀਦਾ ਹੈ। ਤੁਹਾਨੂੰ ਹਰਜ ਕੀ ਹੈ? ਅਤੇ ਜਿਹੜੇ ਅਫਸਰ ਤਨਖਾਹ ਉਹ ਲੈਂਦੇ ਨੇ ਸਰਕਾਰ ਦੀ, ਤਨਖਾਹਾਂ ਮੋਟੀਆਂ ਤਨਖਾਹਾਂ, ਲੱਖ ਲੱਖ 2-2 ਲੱਖ ਰੁਪਈਆ ਇਹਨਾਂ ਦੀਆਂ ਤਨਖਾਹਾਂ, ਜਾਇਦਾਦਾਂ ਦਾ ਵੇਖ ਲਓ, ਹਰ ਇਲੀਗਲ ਕਲੋਨੀ ਦੇ ਵਿੱਚ ਇਹਨਾਂ ਦੇ ਪਲੋਟ ਨੇ, ਅਤੇ ਨਿਆਣੇ ਇਹਨਾਂ ਦੇ ਵਿਦੇਸ਼ਾਂ 'ਚ ਪੜ੍ਹਦੇ ਨੇ, ਲੱਖਾਂ ਲੱਖਾਂ ਜਿੱਥੇ ਫੀਸ ਲੱਖਾਂ ਡਾਲਰਾਂ 'ਚ ਜਾਂਦੀ ਹੈ। ਅਤੇ ਫਿਰ ਇਹ ਆਪਣੀ ਜ਼ਿੰਮੇਵਾਰੀ ਠੀਕ ਢੰਗ ਨਾਲ ਕਿਉਂ ਨਹੀਂ ਨਿਭਾਉਂਦੇ? ਇਹ ਬਹੁਤ ਵੱਡਾ ਸਵਾਲ ਹੈ। ਇਸੇ ਨੂੰ ਲੈ ਕੇ ਜਿਹੜੇ ਮੈਂ ਗੱਲ ਕੀਤੀ, ਐਕਸਪਰਟ ਰਾਏ ਲਈ ਉਹਨਾਂ ਦੀ, STP ਰਹਿ ਚੁੱਕੇ ਨੇ ਸ਼ਕਤੀ ਭਾਟੀਆ, ਉਹ ਕਹਿੰਦੇ ਵੀ ਜੀ 6 ਮੰਜ਼ਿਲਾ, ਉਹਨਾਂ ਨੇ ਵੀ ਉਹ ਗੱਲ ਕੀਤੀ ਹੈ ਵੀ ਐਜ਼ ਪਰ ਨੋਮਸ 'ਤੇ ਹੈ ਵੀ ਜੇ ਕਮਰਸ਼ੀਅਲ ਹੈਗੀ ਹੈ ਰੋਡ, ਜਿਵੇਂ ਲਾਰਸ ਰੋਡ ਕਮਰਸ਼ੀਅਲ ਹੈ, ਅਤੇ ਇਹ 25 ਉਹਨਾਂ ਨੂੰ ਮੈਨੂੰ ਜੋ ਉਹਨਾਂ ਨੇ ਕਿਹਾ ਵੀ 25 ਜਿਹੜੀ ਹੈ ਫੁੱਟ ਜਿਹੜੀ ਹੈ ਇਹਨੂੰ ਛੱਡਣਾ ਪਏਗਾ। ਅਤੇ ਦੋਨੋਂ ਪਾਸੇ ਲੈਫਟ ਵੀ ਔਰ ਰਾਈਟ ਵੀ, ਜੇ ਕਿਉਂਕਿ ਇੱਕ ਪਾਸੇ ਜਿੱਧਰੋਂ ਅੰਬਲੂਨਾ ਵਾਲੀ ਰੋਡ ਹੈ, ਟੈਲੋਸਕੈਨ ਵਾਲੀ ਰੋਡ ਹੈ, ਅਤੇ ਦੂਸਰੀ ਜਿਹੜੀ ਕੋਰਨਰ 'ਤੇ ਬਣੀ ਹੈ, ਦੋਨੋਂ ਪਾਸਿਆਂ, ਪਰ ਕਹਿੰਦੇ ਛੱਡੀ ਨਹੀਂ। ਲੋਕੀ ਫੇਰੇ ਮਾਰ ਮਾਰ ਥੱਕ ਗਏ, ਲੋਕੀ ਵਿਚਾਰੇ ਕੀ ਕਰਨ, ਸ਼ਿਕਾਇਤ ਹੀ ਕਰ ਸਕਦੇ ਆ ਵੀ ਬਦਲਾਵ ਦੇ ਨਾਂ 'ਤੇ ਸਰਕਾਰ ਆਈ ਹੈ। ਫਿਰ ਇਹ ਵੀ ਵੱਡਾ ਸਵਾਲ ਹੈ ਵੀ ਸੜਕ ਦੇ ਉੱਤੇ ਕਹਿੰਦੇ ਉਹਨੇ ਪੌੜੀਆਂ ਬਣਾਤੀਆਂ, ਉਹ ਕਿਸ ਤਰ੍ਹਾਂ ਬਣਾਤੀਆਂ? ਸਮਝ ਤੋਂ ਪਰੇ ਹੈ ਵੀ ਫੁੱਟਪਾਥ ਲੋਕਾਂ ਨੇ ਤੁਰਨਾ, ਫੁੱਟਪਾਥ 'ਤੇ ਵੈਸੇ ਖਤਮ ਕਰਦੇ ਤੁਸੀਂ। ਅਤੇ ਫਾਇਰ ਸੇਫਟੀ ਜਿਹੜਾ ਉਹਨੂੰ ਦਿੱਤਾ ਕਿੰਨੇ ਪ੍ਰਮਾਣ ਵੀ ਇੱਥੇ ਇਹ ਬਿਲਡਿੰਗ ਨੂੰ, ਉਹ ਵੀ ਬੜਾ ਨੋਮਸ ਹੈਗੀਆਂ, ਬੜਾ ਇੰਪੋਰਟੈਂਟ ਹੈ। ਅਤੇ ਜੇ ਤੁਹਾਡੇ ਇਹਦੇ ਕੋਲ ਕੋਈ ਹੈ ਹੀ ਨਹੀਂ, ਕੋਈ ਚੀਜ਼ ਹੀ ਨਹੀਂ ਹੈ, ਵਾਰ ਵਾਰ ਲਿਖ ਕੇ ਦੇ ਰਿਹਾ ਕਿ ਮੈਂ ਆਪਣੀ ਬਿਲਡਿੰਗ ਨੂੰ ਆਪੇ ਢਾ ਦਿਆਂਗਾ, ਅਤੇ ਫਿਰ 6 ਮੰਜ਼ਿਲਾ ਬਣ ਗਈ ਤਿਰਕੇ ਜੀ, ਫਿਰ ਮੇਰੀ ਦੇ ਰਿਹਾ ਵੀ ਮੈਂ ਰੈਨੋਵੇਸ਼ਨ ਕਰਾਉਂਗਾ ਤੇ FIR ਕਰਾ ਦਿਓ, ਮੇਰੀ ਸਮਝ ਤੋਂ ਭਾਗ ਨੇ FIR ਕਰਾ, ਮੇਰੀ ਸਮਝ ਤੋਂ ਪਰੇ ਹੈ। ਚਲੋ ਮੈਂ ਪੈਸੇ ਦਾ ਖੇਲ ਆ ਕਿ ਜੀ, ਪੈਸਾ ਪ੍ਰੈਸ਼ਰ ਦਾ ਨਹੀਂ ਕਿ ਜੀ, ਪੈਸਾ ਪੋਲੀਟੀਕਲ ਪ੍ਰੈਸ਼ਰ, ਪੈਸੇ ਦਾ ਖੇਲ, ਜਿੱਦਾਂ ਤੁਹਾਨੂੰ ਅਸੀਂ ਕਹਿੰਦੇ ਹਾਂ ਵੀ ਭੂ ਮਾਫੀਆ, ਪੋਲੀਟੀਕਲ ਬੰਦੇ ਅਤੇ ਆਫਿਸਰ, ਨੈਚਰ ਚੱਲਣ ਡਿਆ ਇੱਕ, ਜਿੱਦਾਂ ਇੱਕ ਜੇਈ ਦਾ ਤੁਹਾਨੂੰ ਦੱਸਣ ਡਿਆ ਵਾਟਰ ਸਪਲਾਈ ਵਾਲਾ, ਜਿਹਦੀ ਡਿਗਰੀ ਵੀ ਸਕੈਂਡਰ ਸਕੈਨਰ ਹੈਗੀ ਆ, ਵੀ ਜਾਲੀ ਹੈ ਕਿ ਸਲਾਹ। ਸਵਾਲ ਰਕੇਸ਼ ਜੀ ਆ ਜਾਂਦਾ, ਇਹਨਾਂ ਜਿਹੜੇ MTP ਸਾਹਿਬ ਨੇ MTP ਡਿਪਾਰਟਮੈਂਟ ਨੂੰ ਤਨਖਾਹ ਵਧਾਇਕ ਦਿੰਦਾ, ਤਨਖਾਹ ਤੇ ਲੋਕਾਂ ਦੇ ਜਿਹੜੇ ਤਨਖਾਹ ਤੇ ਘਟਾਉਂਦੇ ਹੀ ਨਹੀਂ, ਤੇ ਆਪਾਂ ਮਾਈਨਿੰਗ ਅਫਸਰ ਦੀ ਨਹੀਂ ਕੀਤੀ 5 ਸਾਲ ਕਢਾਈ ਨਹੀਂ, ਜਿਹਦੀ ਉਹਨੂੰ ਈਦ ਉਮੀਦ ਹੇਰ ਜੀ ਨੇ ਜਿਹਦੀ ਮਜ਼ਦੂਰੀ ਦਿੱਤੀ ਚਲਾਉਣ ਦੀ, ਆਉਂਦੇ ਵੀ ਨਾ ਨਾ ਬੜੀ, ਚਲੋ ਰਕੇਸ਼ ਜੀ ਗੱਲ ਹੈ, ਉਹਨੇ ਕਦੀ ਤਨਖਾਹ ਨਹੀਂ ਕਢਾਈ। ਤੁਸੀਂ ਦੇਖੋ ਫਿਰ ਜਿਵੇਂ ਅਸੀਂ ਵਾਰ ਵਾਰ ਗੱਲ ਕਰਦੇ ਹਾਂ ਰਣਜੀਤ ਐਵਨਿਊ ਦੇ ਵਿੱਚ 125 ਫੁੱਟ ਬਣ ਗਈਆਂ, ਵੀ 1 ਫੁੱਟ ਤੋਂ ਇੱਕ ਤਾਂ ਇੱਟ ਨਹੀਂ ਲੱਗਣ ਦੇ ਰਕੇਸ਼ ਜੀ, ਇੱਕ ਇੱਟ ਲਾ ਦਿਓ ਨਾ ਇਹ ਆ ਜਾਂਦੇ ਸ਼ਾਮ ਨੂੰ ਉਸੇ ਵੇਲੇ ਆਪਣਾ ਚੁੱਕ ਬੰਦੇ ਦਬੜੇ ਦਬਕੇ ਮਾਰਦੇ ਪਹਿਲੇ ਤਾਂ ਆ ਗਏ, ਓਏ ਨਕਸ਼ਾ ਪਾਸ ਕਰਾਏ, ਬੰਦਾ ਵਿਚਾਰਾ ਡਰਦਾ ਪੈਪੂ ਦੇ ਦਿੰਦਾ ਨਾ। ਉਹ ਭਾਈ ਸਾਹਿਬ ਸਾਡੀ ਬੇਨਤੀ ਆ, ਬਦਲਾਵ ਆ ਗਿਆ, ਮੇਰੀ ਮੈਂ ਕਮਿਸ਼ਨਰ ਸਾਹਿਬ ਨੂੰ ਵੀ ਇਸ ਰਿਗਾਰਡਿੰਗ ਲਿਖ ਕੇ ਪਾਤਾ, ਹਰਪ੍ਰੀਤ ਸਿੰਘ ਜਿਹੜੇ ਨਵੇਂ IAS ਨੇ, ਕਮਿਸ਼ਨਰ ਆਏ ਨੇ, ਅਤੇ ਇਹ ਹੁਣ ਦੇਖਾਂਗੇ ਕਿ ਇਹ ਬਿਲਡਿੰਗ ਦਾ ਉਦਘਾਟਨ ਹੋ ਜਾਏਗਾ ਕੁਛ ਦਿਨਾਂ ਦੇ ਵਿੱਚ, ਜਾਂ ਫਿਰ ਇਹਦੇ 'ਤੇ ਕੋਈ ਕਾਰਵਾਈ ਹੋਏਗੀ। ਰਕੇਸ਼ ਜੀ ਤੁਸੀਂ ਕੁਛ ਕਹਿਣਾ ਚਾਹੋ? ਬਿਲਕੁਲ, ਬਿਲਡਿੰਗ ਦਾ ਉਦਘਾਟਨ ਹੋਊਗਾ, ਮੇਰੇ ਕੋਲ ਅੱਜ ਲਿਖਾ ਲਊ,
ਜਿੰਨਾ ਬਿਲਡਿੰਗ ਬਣਵਾਤੀ ਉਹਨਾਂ ਉਦਘਾਟਨ ਵੀ ਕਰਾ ਦੇਣਾ, ਬੜੀਆਂ ਬਿਲਡਿੰਗਾਂ, ਬੜੇ ਹੋਟਲ ਆ ਜਿਹੜੇ ਕਾਗਜ਼ਾਂ 'ਚ ਸੀਲ ਆ ਅਤੇ ਉੱਦਾਂ ਚੱਲਣ ਡੇ ਆ। ਚਲੋ ਚਲੋ ਤਾਂ ਫਿਰ ਫੈਸਲਾ ਜਨਤਾ ਨੇ ਲਿਖਣਾ ਕਰਨਾ ਜੀ, ਅਸੀਂ ਤਾਂ ਜਨਤਾ ਦੀ ਕਚਹਿਰੀ ਦੇ ਵਿੱਚ ਜੋ ਹੋ ਰਿਹਾ ਉਹ ਰੱਖ ਦਿੱਤਾ ਵੀ ਕਿਸ ਤਰ੍ਹਾਂ ਬਦਲਾਵ ਦੇ ਨਾਂ 'ਤੇ ਕਿਸ ਤਰ੍ਹਾਂ ਚੱਲ ਰਿਹਾ, ਕਿਸ ਤਰ੍ਹਾਂ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਹੋ ਰਿਹਾ, ਫੈਸਲਾ ਤੁਸੀਂ ਕਰਨਾ ਸਾਨੂੰ ਦਿਓ ਜ਼ਿਆਦਾ। ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਦਾ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਤੁਹਾਡੇ ਦਿੱਤੇ ਗਏ ਸੁਝਾਅ ਸਾਡੇ ਲਈ ਬਹੁਤ ਮਾਇਨੇ ਰੱਖਦੇ ਨੇ। ਧੰਨਵਾਦ, ਸਤਿ ਸ਼੍ਰੀ ਅਕਾਲ, ਨਮਸਕਾਰ।